ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲੋ ਧੰਨਵਾਦ ਅੱਜ ਤੁਸੀਂ ਸੁਣੋਂਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਚਾਰ ਵਿਦਿਆਰਥੀ ਮौज-ਮਸਤੀ ਕਾਰਨ ਇਮਤਿਹਾਨ ਦੀ ਤਿਆਰੀ ਨਾ ਕਰ ਸਕੇ ਇਮਤਿਹਾਨ ਵਾਲੇ ਦਿਨ ਆਪਣਾ ਹੁਲੀਆ ਵਿਗਾੜ ਕੇ ਉਹਨਾਂ ਨੇ ਕਿਹਾ ਕਾਰ ਦਾ ਟਾਇਰ ਫਟ ਗਿਆ ਸੀ ਜਿਸ ਕਾਰਨ ਪ੍ਰੀਖਿਆ ਦੇਣ ਸਮੇਂ ਸਿਰ ਨਹੀਂ ਪਹੁੰਚ ਸਕੇ ਪ੍ਰੋਫੈਸਰ ਨੇ ਕਿਹਾ ਠੀਕ ਹੈ ਤੁਹਾਡਾ ਤਿੰਨ ਦਿਨ ਮਗਰੋਂ ਇਮਤਿਹਾਨ ਲਿਆ ਜਾਵੇਗਾ ਚਾਰਾਂ ਨੂੰ ਵੱਖਰੇ ਵੱਖਰੇ ਕਮਰੇ ਵਿੱਚ ਬਿਠਾ ਦਿੱਤਾ ਗਿਆ ਸਾਰੇ ਆਪਰੇਸ਼ਨ ਕਾਰ ਖਰਾਬ ਹੋਣ ਕਿੱਥੇ ਹੋਣ ਕਦੋਂ ਹੋਣ ਕਿਵੇਂ ਹੋਣ ਬਾਰੇ ਹੀ ਸਨ ਅੰਤਲਾ ਆਪਰੇਸ਼ਨ ਸੀ ਕਾਰ ਦਾ ਕਿਹੜਾ ਟਾਇਰ ਫਟਿਆ ਸੀ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ